ਪਹਿਲਾਂ ਤਾਂ ਮੈਂ ਤੁਹਾਡੇ ਸਾਰਿਆਂ ਦਾ ਮੀਡੀਆ ਵਾਲਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਚੱਪੇ ਚੱਪੇ ਤੇ ਪਹੁੰਚ ਕੇ ਜਿਹੜੀ ਆਪਣੀ ਡਿਊਟੀ ਨੂੰ ਬਾਖੂਬੀ ਨਿਭਾ ਰਹੇ ਹੋ ਤੇ ਦੂਸਰਾ ਮੈਂ ਬੇਨਤੀ ਕਰਦਾ ਸਾਰੇ ਹਿੰਦੁਸਤਾਨ ਦੇ ਵੋਟਰ ਸਾਹਿਬਾਨ ਨੂੰ, ਪੰਜਾਬ ਦੇ ਵੋਟਰ ਸਾਹਿਬਾਨ ਨੂੰ, ਸੰਗਰੂਰ ਲੋਕ ਸਭਾ ਦੇ ਵੋਟਰ ਸਾਹਿਬਾਨ ਨੂੰ, ਖਾਸ ਤੌਰ ਤੇ ਧੂਰੀ ਦੇ ਵੋਟਰ ਸਾਹਿਬਾਨ ਨੂੰ ਕਿ ਆਪਾਂ ਵੱਧ ਤੋਂ ਵੱਧ ਜਿਹੜਾ ਇਹ ਵੋਟ ਦਾ ਆਪਾਂ ਨੂੰ ਰਾਈਟ ਮਿਲਿਆ ਆਪਾਂ ਇਹਦਾ ਇਸਤੇਮਾਲ ਵਧੀਆ ਤਰੀਕੇ ਨਾਲ ਕਰ ਸਕੀਏ ਤੇ ਆਪਦੀ ਮਨਪਸੰਦ ਜਿਹੜਾ ਉਮੀਦਵਾਰ ਆ, ਮਨਪਸੰਦ ਜਿਹੜੀ ਪਾਰਟੀ ਆ ਉਹਨੂੰ ਚੁਣ ਸਕੀਏ। ਕਿਸ ਤਰ੍ਹਾਂ ਦੀ ਜਿੱਤ ਲੱਗਦੀ? ਬਹੁਤ ਵਧੀਆ ਤਰੀਕੇ ਨਾਲ ਲੋਕਾਂ ਦਾ ਹੁੰਗਾਰਾ ਜੀ। ਅਸੀਂ ਪਹਿਲਾਂ ਮੈਂ ਪਿੰਡਾਂ ਚ ਜਾ ਕੇ ਆਇਆ ਤੇ ਹੁਣ ਸ਼ਹਿਰ ਦੇ ਵਿੱਚ ਆ ਤੇ ਮੈਂ ਆਪਦੇ ਪੂਰੇ ਪਰਿਵਾਰ ਨਾਲ, ਮੇਰੇ ਪਿਤਾ ਜੀ, ਮੇਰੇ ਮਾਤਾ ਜੀ, ਮੇਰੀ ਵਾਈਫ, ਮੇਰੇ ਬ੍ਰਦਰ ਸਾਰੇ ਅਸੀਂ ਜਿਹੜਾ ਆਪਦੀ ਵੋਟ ਦਾ ਇਸਤੇਮਾਲ ਕਰਕੇ ਆਏ ਹਾਂ ਤੇ ਮੇਰੀ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਇਹ ਵੋਟ ਪਾਉਣ ਦਾ ਰਾਈਟ ਆਪਾਂ ਨੂੰ ਬੜੇ ਔਖੇ ਸਾਡੇ ਸ਼ਹੀਦਾਂ ਨੇ ਸੰਘਰਸ਼ ਕਰਕੇ ਇਹ ਲੈ ਕੇ ਦਿੱਤਾ। ਸੋ ਕੱਲਾ ਕੱਲਾ ਬੰਦਾ ਜਿਹੜੀ ਆਪਦੀ ਵੋਟ ਦਾ ਇਸਤੇਮਾਲ ਕਰੇ, ਜਿਹੜੇ ਪਹਿਲੀ ਵਾਰ ਵੋਟ ਪਾ ਰਹੇ ਨੇ ਬੱਚੇ, ਇਹਨਾਂ ਨੂੰ ਕੀ ਕਹੋਗੇ? ਹਾਂ ਬਿਲਕੁਲ, ਉਹਨਾਂ ਲਈ ਅੱਜ ਇਹ ਮੌਕਾ ਤੇ ਦੇਖੋ ਤੁਸੀਂ ਆਪਦੇ ਮਨਪਸੰਦ ਤਰੀਕੇ ਨਾਲ ਜਿਹੜੇ ਵੀ ਉਮੀਦਵਾਰ ਨੂੰ ਚੁਣਨਾ ਚਾਹੁੰਦੇ ਆ, ਕਿਉਂਕਿ ਆਪਾਂ ਸੋਚਦੇ ਹੁੰਦੇ ਆ ਕਈ ਵਾਰ ਆਪਾਂ ਕੋਈ ਕਮੀਆਂ ਪੇਸ਼ੀਆਂ ਵੀ ਕੱਢਦੇ ਆ ਵੀ ਆਹ ਚੀਜ਼ ਠੀਕ ਨਹੀਂ ਹੈਗੀ, ਆਹ ਚੀਜ਼ ਗਲਤ ਆ। ਸੋ ਅੱਜ ਮੌਕਾ ਸਾਰਿਆਂ ਕੋਲ ਆਪਦੇ ਮਨਪਸੰਦ ਲੀਡਰ ਸਾਹਿਬਾਨ ਨੂੰ, ਆਪਦੀ ਮਨਪਸੰਦ ਪਾਰਟੀ ਨੂੰ ਚੁਣਨ ਦਾ। ਸੋ ਮੇਰੀ ਨੌਜਵਾਨਾਂ ਨੂੰ ਜਿਹੜੇ ਪਹਿਲੀ ਵਾਰ ਵੋਟ ਪਾ ਰਹੇ ਨੇ, ਛੋਟੇ ਭੈਣ ਭਰਾਵਾਂ ਨੂੰ ਇਹੀ ਬੇਨਤੀ ਹੈ ਕਿ ਉਹ ਵੱਧ ਤੋਂ ਵੱਧ ਆਪਦੀ ਜਿਹੜੀ ਵੋਟ ਦਾ ਇਸਤੇਮਾਲ ਕਰਨ। ਪਹਿਲਾਂ ਤਾਂ ਮੈਂ ਤੁਹਾਡੇ ਸਾਰਿਆਂ ਦਾ ਮੀਡੀਆ ਵਾਲਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਚੱਪੇ ਚੱਪੇ ਤੇ ਪਹੁੰਚ ਕੇ ਜਿਹੜੀ ਆਪਦੀ ਡਿਊਟੀ ਨੂੰ ਬਾਖੂਬੀ ਨਿਭਾ ਰਹੇ ਹੋ ਤੇ ਦੂਸਰਾ ਮੈਂ ਬੇਨਤੀ ਕਰਦਾ ਸਾਰੇ ਹਿੰਦੁਸਤਾਨ ਦੇ ਵੋਟਰ ਸਾਹਿਬਾਨ ਨੂੰ, ਪੰਜਾਬ ਦੇ ਵੋਟਰ ਸਾਹਿਬਾਨ ਨੂੰ, ਸੰਗਰੂਰ ਲੋਕ ਸਭਾ ਦੇ ਵੋਟਰ ਸਾਹਿਬਾਨ ਨੂੰ, ਖਾਸ ਤੌਰ ਤੇ ਧੂਰੀ ਦੇ ਵੋਟਰ ਸਾਹਿਬਾਨ ਨੂੰ ਕਿ ਆਪਾਂ ਵੱਧ ਤੋਂ ਵੱਧ ਜਿਹੜਾ ਇਹ ਵੋਟ ਦਾ ਆਪਾਂ ਨੂੰ ਰਾਈਟ ਮਿਲਿਆ ਆਪਾਂ ਇਹਦਾ ਇਸਤੇਮਾਲ ਵਧੀਆ ਤਰੀਕੇ ਨਾਲ ਕਰ ਸਕੀਏ ਤੇ ਆਪਦੀ ਮਨਪਸੰਦ ਜਿਹੜਾ ਉਮੀਦਵਾਰ ਆ, ਮਨਪਸੰਦ ਜਿਹੜੀ ਪਾਰਟੀ ਆ ਉਹਨੂੰ ਚੁਣ ਸਕੀਏ। ਕਿਸ ਤਰ੍ਹਾਂ ਦੀ ਜਿੱਤ ਲੱਗਦੀ? ਬਹੁਤ ਵਧੀਆ ਤਰੀਕੇ ਨਾਲ ਲੋਕਾਂ ਦਾ ਹੁੰਗਾਰਾ ਜੀ। ਅਸੀਂ ਪਹਿਲਾਂ ਮੈਂ ਪਿੰਡਾਂ ਚ ਜਾ ਕੇ ਆਇਆ ਤੇ ਹੁਣ ਸ਼ਹਿਰ ਦੇ ਵਿੱਚ ਆ ਤੇ ਮੈਂ ਆਪਦੇ ਪੂਰੇ ਪਰਿਵਾਰ ਨਾਲ, ਮੇਰੇ ਪਿਤਾ ਜੀ, ਮੇਰੇ ਮਾਤਾ ਜੀ, ਮੇਰੀ ਵਾਈਫ, ਮੇਰੇ ਬ੍ਰਦਰ ਸਾਰੇ ਅਸੀਂ ਜਿਹੜਾ ਆਪਦੀ ਵੋਟ ਦਾ ਇਸਤੇਮਾਲ ਕਰਕੇ ਆਏ ਹਾਂ ਤੇ ਮੇਰੀ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਇਹ ਵੋਟ ਪਾਉਣ ਦਾ ਰਾਈਟ ਆਪਾਂ ਨੂੰ ਬੜੇ ਔਖੇ ਸਾਡੇ ਸ਼ਹੀਦਾਂ ਨੇ ਸੰਘਰਸ਼ ਕਰਕੇ ਇਹ ਲੈ ਕੇ ਦਿੱਤਾ। ਸੋ ਕੱਲਾ ਕੱਲਾ ਬੰਦਾ ਜਿਹੜੀ ਆਪਦੀ ਵੋਟ ਦਾ ਇਸਤੇਮਾਲ ਕਰੇ, ਜਿਹੜੇ ਪਹਿਲੀ ਵਾਰ ਵੋਟ ਪਾ ਰਹੇ ਨੇ ਬੱਚੇ, ਇਹਨਾਂ ਨੂੰ ਕੀ ਕਹੋਗੇ? ਹਾਂ ਬਿਲਕੁਲ, ਉਹਨਾਂ ਲਈ ਅੱਜ ਇਹ ਮੌਕਾ ਤੇ ਦੇਖੋ ਤੁਸੀਂ ਆਪਦੇ ਮਨਪਸੰਦ ਤਰੀਕੇ ਨਾਲ ਜਿਹੜੇ ਵੀ ਉਮੀਦਵਾਰ ਨੂੰ ਚੁਣਨਾ ਚਾਹੁੰਦੇ ਆ, ਕਿਉਂਕਿ ਆਪਾਂ ਸੋਚਦੇ ਹੁੰਦੇ ਆ ਕਈ ਵਾਰ ਆਪਾਂ ਕੋਈ ਕਮੀਆਂ ਪੇਸ਼ੀਆਂ ਵੀ ਕੱਢਦੇ ਆ ਵੀ ਆਹ ਚੀਜ਼ ਠੀਕ ਨਹੀਂ ਹੈਗੀ, ਆਹ ਚੀਜ਼ ਗਲਤ ਆ। ਸੋ ਅੱਜ ਮੌਕਾ ਸਾਰਿਆਂ ਕੋਲ ਆਪਦੇ ਮਨਪਸੰਦ ਲੀਡਰ ਸਾਹਿਬਾਨ ਨੂੰ, ਆਪਦੀ ਮਨਪਸੰਦ ਪਾਰਟੀ ਨੂੰ ਚੁਣਨ ਦਾ। ਸੋ ਮੇਰੀ ਨੌਜਵਾਨਾਂ ਨੂੰ ਜਿਹੜੇ ਪਹਿਲੀ ਵਾਰ ਵੋਟ ਪਾ ਰਹੇ ਨੇ, ਛੋਟੇ ਭੈਣ ਭਰਾਵਾਂ ਨੂੰ ਇਹੀ ਬੇਨਤੀ ਹੈ ਕਿ ਉਹ ਵੱਧ ਤੋਂ ਵੱਧ ਆਪਦੀ ਜਿਹੜੀ ਵੋਟ ਦਾ ਇਸਤੇਮਾਲ ਕਰਨ। ਪਹਿਲਾਂ ਤਾਂ ਮੈਂ ਤੁਹਾਡੇ ਸਾਰਿਆਂ ਦਾ ਮੀਡੀਆ ਵਾਲਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਚੱਪੇ ਚੱਪੇ ਤੇ ਪਹੁੰਚ ਕੇ ਜਿਹੜੀ ਆਪਦੀ ਡਿਊਟੀ ਨੂੰ ਬਾਖੂਬੀ ਨਿਭਾ ਰਹੇ ਹੋ ਤੇ ਦੂਸਰਾ ਮੈਂ ਬੇਨਤੀ ਕਰਦਾ ਸਾਰੇ ਹਿੰਦੁਸਤਾਨ ਦੇ ਵੋਟਰ ਸਾਹਿਬਾਨ ਨੂੰ, ਪੰਜਾਬ ਦੇ ਵੋਟਰ ਸਾਹਿਬਾਨ ਨੂੰ, ਸੰਗਰੂਰ ਲੋਕ ਸਭਾ ਦੇ ਵੋਟਰ ਸਾਹਿਬਾਨ ਨੂੰ, ਖਾਸ ਤੌਰ ਤੇ ਧੂਰੀ ਦੇ ਵੋਟਰ ਸਾਹਿਬਾਨ ਨੂੰ ਕਿ ਆਪਾਂ ਵੱਧ ਤੋਂ ਵੱਧ ਜਿਹੜਾ ਇਹ ਵੋਟ ਦਾ ਆਪਾਂ ਨੂੰ ਰਾਈਟ ਮਿਲਿਆ ਆਪਾਂ ਇਹਦਾ ਇਸਤੇਮਾਲ ਵਧੀਆ ਤਰੀਕੇ ਨਾਲ ਕਰ ਸਕੀਏ ਤੇ ਆਪਦੀ ਮਨਪਸੰਦ ਜਿਹੜਾ ਉਮੀਦਵਾਰ ਆ, ਮਨਪਸੰਦ ਜਿਹੜੀ ਪਾਰਟੀ ਆ ਉਹਨੂੰ ਚੁਣ ਸਕੀਏ। ਕਿਸ ਤਰ੍ਹਾਂ ਦੀ ਜਿੱਤ ਲੱਗਦੀ? ਬਹੁਤ ਵਧੀਆ ਤਰੀਕੇ ਨਾਲ ਲੋਕਾਂ ਦਾ ਹੁੰਗਾਰਾ ਜੀ। ਅਸੀਂ ਪਹਿਲਾਂ ਮੈਂ ਪਿੰਡਾਂ ਚ ਜਾ ਕੇ ਆਇਆ ਤੇ ਹੁਣ ਸ਼ਹਿਰ ਦੇ ਵਿੱਚ ਆ ਤੇ ਮੈਂ ਆਪਦੇ ਪੂਰੇ ਪਰਿਵਾਰ ਨਾਲ, ਮੇਰੇ ਪਿਤਾ ਜੀ, ਮੇਰੇ ਮਾਤਾ ਜੀ, ਮੇਰੀ ਵਾਈਫ, ਮੇਰੇ ਬ੍ਰਦਰ ਸਾਰੇ ਅਸੀਂ ਜਿਹੜਾ ਆਪਦੀ ਵੋਟ ਦਾ ਇਸਤੇਮਾਲ ਕਰਕੇ ਆਏ ਹਾਂ ਤੇ ਮੇਰੀ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਇਹ ਵੋਟ ਪਾਉਣ ਦਾ ਰਾਈਟ ਆਪਾਂ ਨੂੰ ਬੜੇ ਔਖੇ ਸਾਡੇ ਸ਼ਹੀਦਾਂ ਨੇ ਸੰਘਰਸ਼ ਕਰਕੇ ਇਹ ਲੈ ਕੇ ਦਿੱਤਾ। ਸੋ ਕੱਲਾ ਕੱਲਾ ਬੰਦਾ ਜਿਹੜੀ ਆਪਦੀ ਵੋਟ ਦਾ ਇਸਤੇਮਾਲ ਕਰੇ, ਜਿਹੜੇ ਪਹਿਲੀ ਵਾਰ ਵੋਟ ਪਾ ਰਹੇ ਨੇ ਬੱਚੇ, ਇਹਨਾਂ ਨੂੰ ਕੀ ਕਹੋਗੇ? ਹਾਂ ਬਿਲਕੁਲ, ਉਹਨਾਂ ਲਈ ਅੱਜ ਇਹ ਮੌਕਾ ਤੇ ਦੇਖੋ ਤੁਸੀਂ ਆਪਦੇ ਮਨਪਸੰਦ ਤਰੀਕੇ ਨਾਲ ਜਿਹੜੇ ਵੀ ਉਮੀਦਵਾਰ ਨੂੰ ਚੁਣਨਾ ਚਾਹੁੰਦੇ ਆ,
ਕਿਉਂਕਿ ਆਪਾਂ ਸੋਚਦੇ ਹੁੰਦੇ ਹਾਂ, ਕਈ ਵਾਰ ਆਪਾਂ ਕੋਈ ਕਮੀਆਂ ਪੇਸ਼ੀਆਂ ਵੀ ਕੱਢਦੇ ਹਾਂ ਵੀ ਆਹ ਚੀਜ਼ ਠੀਕ ਨਹੀਂ ਹੈਗੀ, ਆਹ ਚੀਜ਼ ਗਲਤ ਆ। ਸੋ ਅੱਜ ਮੌਕਾ ਸਾਰਿਆਂ ਕੋਲ ਆਪਦੇ ਮਨਪਸੰਦ ਲੀਡਰ ਸਾਹਿਬਾਨ ਨੂੰ, ਆਪਦੀ ਮਨਪਸੰਦ ਪਾਰਟੀ ਨੂੰ ਚੁਣਨ ਦਾ। ਸੋ ਮੇਰੀ ਨੌਜਵਾਨਾਂ ਨੂੰ ਜਿਹੜੇ ਪਹਿਲੀ ਵਾਰ ਵੋਟ ਪਾ ਰਹੇ ਨੇ, ਛੋਟੇ ਭੈਣ ਭਰਾਵਾਂ ਨੂੰ ਇਹੀ ਬੇਨਤੀ ਹੈ ਕਿ ਉਹ ਵੱਧ ਤੋਂ ਵੱਧ ਆਪਦੀ ਜਿਹੜੀ ਵੋਟ ਦਾ ਇਸਤੇਮਾਲ ਕਰਨ। ਪਹਿਲਾਂ ਤਾਂ ਮੈਂ ਤੁਹਾਡੇ ਸਾਰਿਆਂ ਦਾ, ਮੀਡੀਆ ਵਾਲਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਚੱਪੇ ਚੱਪੇ ਤੇ ਪਹੁੰਚ ਕੇ ਜਿਹੜੀ ਆਪਦੀ ਡਿਊਟੀ ਨੂੰ ਬਾਖੂਬੀ ਨਿਭਾ ਰਹੇ ਹੋ। ਤੇ ਦੂਸਰਾ ਮੈਂ ਬੇਨਤੀ ਕਰਦਾ ਸਾਰੇ ਹਿੰਦੁਸਤਾਨ ਦੇ ਵੋਟਰ ਸਾਹਿਬਾਨ ਨੂੰ, ਪੰਜਾਬ ਦੇ ਵੋਟਰ ਸਾਹਿਬਾਨ ਨੂੰ, ਸੰਗਰੂਰ ਲੋਕ ਸਭਾ ਦੇ ਵੋਟਰ ਸਾਹਿਬਾਨ ਨੂੰ, ਖਾਸ ਤੌਰ ਤੇ ਧੂਰੀ ਦੇ ਵੋਟਰ ਸਾਹਿਬਾਨ ਨੂੰ, ਕਿ ਆਪਾਂ ਵੱਧ ਤੋਂ ਵੱਧ ਜਿਹੜਾ ਇਹ ਵੋਟ ਦਾ ਆਪਾਂ ਨੂੰ ਰਾਈਟ ਮਿਲਿਆ, ਆਪਾਂ ਇਹਦਾ ਇਸਤੇਮਾਲ ਵਧੀਆ ਤਰੀਕੇ ਨਾਲ ਕਰ ਸਕੀਏ। ਤੇ ਆਪਦੀ ਮਨਪਸੰਦ ਜਿਹੜਾ ਉਮੀਦਵਾਰ ਆ, ਮਨਪਸੰਦ ਜਿਹੜੀ ਪਾਰਟੀ ਆ, ਉਹਨੂੰ ਚੁਣ ਸਕੀਏ। ਕਿਸ ਤਰ੍ਹਾਂ ਦੀ ਜਿੱਤ ਲੱਗਦੀ? ਬਹੁਤ ਵਧੀਆ ਤਰੀਕੇ ਨਾਲ ਲੋਕਾਂ ਦਾ ਹੁੰਗਾਰਾ ਜੀ। ਅਸੀਂ ਪਹਿਲਾਂ ਮੈਂ ਪਿੰਡਾਂ ਚ ਜਾ ਕੇ ਆਇਆ ਤੇ ਹੁਣ ਸ਼ਹਿਰ ਦੇ ਵਿੱਚ ਆ। ਤੇ ਮੈਂ ਆਪਦੇ ਪੂਰੇ ਪਰਿਵਾਰ ਨਾਲ, ਮੇਰੇ ਪਿਤਾ ਜੀ, ਮੇਰੇ ਮਾਤਾ ਜੀ, ਮੇਰੀ ਵਾਈਫ, ਮੇਰੇ ਬ੍ਰਦਰ, ਸਾਰੇ ਅਸੀਂ ਜਿਹੜਾ ਆਪਦੀ ਵੋਟ ਦਾ ਇਸਤੇਮਾਲ ਕਰਕੇ ਆਏ ਹਾਂ। ਤੇ ਮੇਰੀ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਇਹ ਵੋਟ ਪਾਉਣ ਦਾ ਰਾਈਟ ਆਪਾਂ ਨੂੰ ਬੜੇ ਔਖੇ ਸਾਡੇ ਸ਼ਹੀਦਾਂ ਨੇ ਸੰਘਰਸ਼ ਕਰ ਕਰਕੇ ਇਹ ਲੈ ਕੇ ਦਿੱਤਾ। ਸੋ ਕੱਲਾ ਕੱਲਾ ਬੰਦਾ ਜਿਹੜੀ ਆਪਦੀ ਵੋਟ ਦਾ ਇਸਤੇਮਾਲ ਕਰੇ, ਜਿਹੜੇ ਪਹਿਲੀ ਵਾਰ ਵੋਟ ਪਾ ਰਹੇ ਨੇ ਬੱਚੇ, ਇਹਨਾਂ ਨੂੰ ਕੀ ਕਹੋਗੇ? ਹਾਂ ਬਿਲਕੁਲ, ਉਹਨਾਂ ਲਈ ਅੱਜ ਇਹ ਮੌਕਾ। ਤੇ ਦੇਖੋ ਤੁਸੀਂ ਆਪਦੇ ਮਨਪਸੰਦ ਤਰੀਕੇ ਨਾਲ ਜਿਹੜੇ ਵੀ ਉਮੀਦਵਾਰ ਨੂੰ ਚੁਣਨਾ ਚਾਹੁੰਦੇ ਆ, ਕਿਉਂਕਿ ਆਪਾਂ ਸੋਚਦੇ ਹੁੰਦੇ ਹਾਂ ਕਈ ਵਾਰ ਆਪਾਂ ਕੋਈ ਕਮੀਆਂ ਪੇਸ਼ੀਆਂ ਵੀ ਕੱਢਦੇ ਹਾਂ ਵੀ ਆਹ ਚੀਜ਼ ਠੀਕ ਨਹੀਂ ਹੈਗੀ, ਆਹ ਚੀਜ਼ ਗਲਤ ਆ। ਸੋ ਅੱਜ ਮੌਕਾ ਸਾਰਿਆਂ ਕੋਲ ਆਪਦੇ ਮਨਪਸੰਦ ਲੀਡਰ ਸਾਹਿਬਾਨ ਨੂੰ, ਆਪਦੀ ਮਨਪਸੰਦ ਪਾਰਟੀ ਨੂੰ ਚੁਣਨ ਦਾ। ਸੋ ਮੇਰੀ ਨੌਜਵਾਨਾਂ ਨੂੰ ਜਿਹੜੇ ਪਹਿਲੀ ਵਾਰ ਵੋਟ ਪਾ ਰਹੇ ਨੇ, ਛੋਟੇ ਭੈਣ ਭਰਾਵਾਂ ਨੂੰ ਇਹੀ ਬੇਨਤੀ ਹੈ ਕਿ ਉਹ ਵੱਧ ਤੋਂ ਵੱਧ ਆਪਦੀ ਜਿਹੜੀ ਵੋਟ ਦਾ ਇਸਤੇਮਾਲ ਕਰਨ।